ਬਣਦਾ ਹੋਇਆ ਦੀਵਾ ਨਿਸ਼ਾਨੀ ਹੈ ਕਿ ਪੰਜਾਬ ਸਰਕਾਰ ਦਾ ਦੀਵਾਲਾ ਨਿਕਲ ਗਿਆ ਹੈ। ਅਸੀਂ ਨਹੀਂ ਕਹਿੰਦੇ, ਇਹ ਕਹਿੰਦਾ ਹੈ ਸਾਂਝਾ ਮੁਲਾਜ਼ਮ ਮੰਚ। ਤੁਸੀਂ ਵੇਖ ਸਕਦੇ ਹੋ ਇਸ ਵੇਲੇ ਸਾਂਝਾ ਮੁਲਾਜ਼ਮ ਮੰਚ 'ਤੇ ਜੋ ਸਾਰੇ ਸਾਥੀ ਨੇ ਉਹ ਮੌਜੂਦ ਨੇ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕਰ ਰਹੇ ਨੇ। ਇਹ ਪਹਿਲੀ ਵਾਰ ਨਹੀਂ ਹੈ, ਇਹ ਲਗਾਤਾਰ ਦੂਜੇ ਸਾਲ ਕੀਤਾ ਜਾ ਰਿਹਾ ਹੈ। ਕੀ ਕਾਰਨ ਹੈ, ਅਸੀਂ ਗੱਲਬਾਤ ਕਰਾਂਗੇ, ਕੋਸ਼ਿਸ਼ ਕਰਾਂਗੇ ਕਿ ਗੱਲ ਹੋ ਸਕੇ। ਖਹਿਰਾ ਸਾਹਿਬ, ਅਕਸਰ ਲੋਕ ਕਹਿੰਦੇ ਨੇ ਖੁਸ਼ੀਆਂ ਹਰ ਸਾਲ ਵਾਪਸ ਆਉਣ। ਮੈਂ ਗਲਤ ਨਹੀਂ, ਤੁਸੀਂ ਲਗਾਤਾਰ ਦੂਜੇ ਸਾਲ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹੋ, ਦੀਵਾਲੀਆ ਕੱਢ ਰਹੇ ਹੋ, ਕੀ ਕਾਰਨ? ਜਦੋਂ ਤੋਂ ਕਾਂਗਰਸ ਗੌਰਮੈਂਟ ਆਈ ਹੈ, ਮੈਨੂੰ ਲੱਗਦਾ ਅਸੀਂ ਉਦੋਂ ਤੋਂ ਹੀ ਇਹ ਕਾਲੀ ਦੀਵਾਲੀ ਮਨਾ ਰਹੇ ਹਾਂ। ਸ਼ੁਰੂ 'ਚ ਪਹਿਲੇ ਜਦੋਂ ਇੱਕ ਸਾਲ ਸੀਗਾ, ਸਾਰੇ ਮੁਲਾਜ਼ਮ ਵਰਗ ਚੁੱਪ ਰਿਹਾ ਕਿ ਗੌਰਮੈਂਟ ਨਵੀਂ ਇਹਨੂੰ ਸਮਾਂ ਦੇਣਾ ਚਾਹੀਦਾ। ਹੁਣ ਤਕਰੀਬਨ ਪੌਣੇ 3 ਸਾਲ ਹੁਣ ਜਾ ਰਹੇ ਆ, ਪਰ ਸਰਕਾਰ ਹਰ ਵਾਰੀ ਇੱਕੋ ਗੱਲ ਕਹਿੰਦੀ ਆ, ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਹੈ। ਪਤਾ ਨਹੀਂ ਕਿਹੋ ਜਿਹਾ ਵਿੱਤ ਮੰਤਰੀ ਇਹਨਾਂ ਨੇ ਲਿਆਂਦਾ ਜਿਹਦੇ ਕੋਲ ਖਜ਼ਾਨਾ ਭਰਦਾ ਨਹੀਂ। ਸੋਚਣ ਵਾਲੀ ਗੱਲ ਆ, ਜਿਹੜੇ ਬੰਦਿਆਂ ਨੂੰ ਤੁਸੀਂ ਤਨਖਾਹ ਦੇਣੀ ਆ, ਉਹਨਾਂ ਕੋਲੋਂ ਉਲਟਾ 200 ਰੁਪਈਆ ਜਜੀਆ ਟੈਕਸ ਲੈ ਰਹੇ ਹੋ। ਚਾਹ ਪੱਤੀ, ਚੀਨੀ, ਦੁੱਧ, ਪੈਟਰੋਲ, ਹਰ ਚੀਜ਼ 'ਤੇ ਸੈੱਸ, ਗਊ ਸੈੱਸ, ਸਿੱਖਿਆ ਸੈੱਸ, ਸਭ ਕੁਝ ਲੈ ਕੇ ਲੈਣ ਦੇ ਬਾਵਜੂਦ ਵੀ ਖਜ਼ਾਨਾ ਨਹੀਂ ਭਰ ਰਿਹਾ। ਹੋਰ ਅਸੀਂ ਕੀ ਕਰੀਏ, ਕਿੱਥੇ ਜਾਈਏ? ਅਸੀਂ ਆਪਣਾ ਜਿਹੜਾ ਦੁੱਖ ਦੱਸਣ ਲਈ ਆਮ ਲੋਕਾਈ ਦੇ ਵਿੱਚ ਆਉਂਦੇ ਹਾਂ ਕਿ ਦੇਖੋ, ਤੁਸੀਂ ਕਹਿੰਦੇ ਸਰਕਾਰੀ ਨੌਕਰੀ ਵਾਲੇ ਬੜੇ ਖੁਸ਼ੀ ਆ, ਪਰ ਇੱਥੇ ਸਾਡਾ ਇਹ ਹਾਲ ਹੋ ਰਿਹਾ, ਸਾਨੂੰ ਆਪਣੀ ਦੀਵਾਲੀ ਵੀ ਵਿੱਤ ਜਿਹੜੀ ਆ ਵਿੱਤੀ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਾ ਪੈ ਰਿਹਾ। ਇਹ ਤੁਸੀਂ ਜੋ ਇਹ ਪੈਸੇ ਇਕੱਠੇ ਕਰ ਰਹੇ ਹੋ, ਇਹਨਾਂ ਦਾ ਕੀ ਕਰਨਾ? ਇਹ ਅੱਜ ਸਾਥੀ ਜੀ ਜਿਹੜੇ ਪੈਸੇ ਇਕੱਠੇ ਕੀਤੇ ਆ, ਕਹਿੰਦੇ ਸਰਕਾਰੀ ਖਜ਼ਾਨਾ ਖਾਲੀ ਆ। ਅਸੀਂ ਇਹ ਸੋਚਿਆ ਕਿ ਸਰਕਾਰ ਤਾਂ ਸਾਡੇ ਬਾਰੇ ਸੋਚਦੀ ਨਹੀਂ, ਇਹ ਵਿੱਤ ਮੰਤਰੀ ਇਹਦਾ, ਉਹ ਤਾਂ ਇੰਨਾ ਨਿਰਦਈ ਹੋ ਗਿਆ ਕਿ ਉਹਨੇ ਸਾਡੇ ਬਾਰੇ ਸੋਚਣਾ ਹੀ ਛੱਡਤਾ। ਅਸੀਂ ਕਿਉਂ ਨਾ ਉਹਦੇ ਬਾਰੇ ਸੋਚ ਲਈਏ, ਉਹਦਾ ਖਜ਼ਾਨਾ ਭਰੀਏ। ਅੱਜ ਅਸੀਂ ਇੱਥੇ ਪਕੌੜੇ ਵੇਚੇ ਆ, ਪਕੌੜੇ ਵੇਚੇ ਆ, ਚਾਹ ਵੇਚੀ ਆ, ਭੀਖ ਮੰਗੀ ਆ, ਪੈਸੇ ਇਕੱਠੇ ਕੀਤੇ ਆ ਕਿ ਉਹਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਈਏ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਵੀ ਇਹ ਟ੍ਰੈਂਡ ਪਾਈਏ ਵੀ ਭਾਈ ਇਹ ਇਹੋ ਜਿਹੀ ਸਰਕਾਰ ਆਈ ਆ। ਸਰਕਾਰ ਹੁੰਦੀ ਲੋਕ ਹਿੱਤਾਂ ਲਈ, ਸਹੂਲਤਾਂ ਦੇਣ ਲਈ, ਇਹਨੇ ਸਹੂਲਤਾਂ 'ਤੇ ਕੀ ਦੇਣੀਆਂ? ਤੁਸੀਂ ਪੈਸਾ ਇਕੱਠਾ ਕਰਕੇ ਇਹਨਾਂ ਨੂੰ ਦੇ ਦਿਉ ਤਾਂ ਕਿ ਆਪਣਾ ਢਿੱਡ ਭਰ ਲੈਣ। ਸਰਕਾਰ ਤਾਂ ਇਹਨਾਂ ਨੇ ਚਲਾਉਣੀ ਨਹੀਂ ਗੇ, ਆਪਣੇ ਪਰਸਨਲੀ ਜਿਹੜੇ ਇਸ਼ੋ ਐਸ਼ੋ ਆਰਾਮ, ਆਪਣੇ ਬੰਗਲੇ ਬਣਾਉਣੇ ਆ, ਮਕਾਨ ਰੈਨੋਵੇਸ਼ਨ ਕਰਾਉਣੇ ਆ, ਦਫ਼ਤਰ ਰੈਨੋਵੇਸ਼ਨ ਕਰਾਉਣੇ, ਪੁਰਾਣਾ ਜਿਹੜਾ ਫਰਨੀਚਰ ਪਿਆ ਹੁੰਦਾ ਲੱਖਾਂ ਦਾ ਉਹ ਸੁੱਟ ਕੇ ਨਵਾਂ ਫਰਨੀਚਰ ਲੈਣਾ, ਇਹ ਕੰਮ ਇਹਨਾਂ ਨੂੰ ਚਾਹੀਦੇ ਆ। ਭਾਈ, ਇਹਨਾਂ ਨੂੰ ਪੈਸਾ ਇਕੱਠਾ ਕਰਕੇ ਦੇ ਦਿੰਦੇ ਵੀ ਇਹ ਪੈਸਾ ਤੁਸੀਂ ਲੈ ਲਓ, ਆਪਣੀ ਐਸ਼ੋ ਇਸ਼ਰਤ ਕਰੋ। ਇੱਕ ਵਾਰ ਤਸਵੀਰ ਜ਼ਰੂਰ ਤੁਸੀਂ ਸਾਰੇ ਜੋ ਸਾਡੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਉਹ ਗੌਰ ਨਾਲ ਦੇਖੋ। ਤੁਸੀਂ ਸਾਰੇ ਸੋਚਦੇ ਹੋਣੇ ਹੋ ਕਿ ਸਾਡੀ ਸਰਕਾਰੀ ਨੌਕਰੀ ਲੱਗੇ, ਸਾਡੇ ਬੱਚਿਆਂ ਦੀ ਸਰਕਾਰੀ ਨੌਕਰੀ ਲੱਗੇ, ਲੇਕਿਨ ਇਸ ਵੇਲੇ ਜੋ ਸਰਕਾਰੀ ਮੁਲਾਜ਼ਮਾਂ ਦਾ ਹਾਲ ਹੈ ਤੁਹਾਡੇ ਸਾਹਮਣੇ ਹੈ, ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਨੂੰ ਕਿ ਉਹਨਾਂ ਦੇ ਸਤਾਏ ਹੋਏ ਉਹਨਾਂ ਦੇ ਹੀ ਮੁਲਾਜ਼ਮ ਅੱਜ ਭੀਖ ਮੰਗਣ ਨੂੰ ਮਜਬੂਰ ਹੈ, ਕਿਉਂਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ, ਤਾਂ ਜੋ ਭੀਖ ਮੰਗ ਕੇ ਜੋ ਪੈਸੇ ਜੁੜਨਗੇ, ਚਾਹ ਵੇਚ ਕੇ ਜੋ ਪੈਸੇ ਜੁੜਨਗੇ, ਪਕੌੜੇ ਵੇਚ ਕੇ ਜੋ ਪੈਸੇ ਜੁੜਨਗੇ, ਉਹ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਸਕਣ। ਇਹ ਖਹਿਰਾ ਸਾਹਿਬ, ਮੰਗਾਂ ਆਮ ਵੈਸੇ ਤਾਂ ਸਰਕਾਰਾਂ ਨੂੰ ਪਤਾ ਹੀ ਹੈ ਤੁਹਾਡੀਆਂ ਮੰਗਾਂ ਕੀ ਹੈ, ਲੇਕਿਨ ਫਿਰ ਵੀ ਇੱਕ ਵਾਰ ਮੈਂ ਚਾਹਾਂਗਾ ਤੁਸੀਂ ਇੱਕ ਵਾਰ ਦੱਸੋ ਕਿ ਤੁਹਾਡੀ ਮੰਗਾਂ ਕੀ ਨੇ। ਸਾਡੀ ਮੁੱਖ ਮੰਗ 6th ਪੇ ਕਮਿਸ਼ਨ, ਦੇਖੋ ਜੀ ਸਾਰਿਆਂ ਨੂੰ ਪੇ ਕਮਿਸ਼ਨ ਮਿਲ ਗਿਆ, ਸੈਂਟਰ ਨੇ ਵੀ ਦੇਤਾ। ਕੋਈ ਟਾਈਮ ਹੁੰਦਾ ਸੀ ਕਿ ਪੰਜਾਬ ਅਵਲ ਨੰਬਰ 'ਤੇ ਹੁੰਦਾ ਸੀਗਾ, ਹਿਮਾਚਲ ਯੂਟੀ ਉਹਨੂੰ ਫੋਲੋ ਕਰਦਾ, ਹਰਿਆਣਾ ਫੋਲੋ ਕਰਦਾ, ਹਰਿਆਣਾ ਹਟ ਗਿਆ, ਯੂਟੀ ਵੀ ਹਟਣ ਵਾਲਾ, ਹਿਮਾਚਲ ਵਾਲੇ ਵਿਚਾਰੇ ਦੇਖ ਰਹੇ ਆ ਕਿ ਪੰਜਾਬ ਦਾ ਇੰਨਾ ਬੁਰਾ ਹਾਲ ਹੋ ਗਿਆ, ਜਿਹਨੂੰ ਸਭ ਤੋਂ ਰਿਚ ਸਟੇਟ ਸੀ ਸਭ ਤੋਂ ਲਾਸਟ ਆ ਗਈ, ਸਾਡਾ ਪੇ ਕਮਿਸ਼ਨ ਨਹੀਂ ਮਿਲ ਰਿਹਾ, ਡੀਏ ਨਹੀਂ ਮਿਲ ਰਿਹਾ। ਡੀਏ ਸਾਡੀ ਆ 4 ਕਿਸ਼ਤਾਂ ਹੈਗੀਆਂ ਵਾ, ਜਿਹੜੀ ਆ 25 ਤੋਂ 27% ਬਣਦੀ ਆ ਉਹ ਨਹੀਂ ਦਿੱਤੀ, ਅਤੇ ਸਿਰਫ 3% ਦਿੱਤਾ ਗਿਆ, ਮਾਤਰ 3%।
90 ਮਹੀਨੇ ਦਾ ਡੀਏ ਦਾ ਏਰੀਅਰ ਆ, ਪੁਰਾਣੀ ਪੈਨਸ਼ਨ ਸਕੀਮ ਆ। ਹੁਣ ਦੇਖੋ ਹਰ MLA ਮਿਨਿਸਟਰ ਇੰਨੀਆਂ ਪੈਨਸ਼ਨਾਂ ਲੈ ਰਹੇ, 7-7 ਪੈਨਸ਼ਨਾਂ। ਜੇ ਵਿੱਤ ਮੰਤਰੀ ਨੂੰ ਕਿਹਾ, ਉਹ ਕਹਿੰਦਾ ਮੈਂ ਕਿਵੇਂ ਚੇਂਜ ਕਰਦਾ, ਤਾਂ ਪਹਿਲਾਂ ਦਾ ਸਿਸਟਮ ਚੱਲ ਰਿਹਾ ਸੀ ਅਤੇ ਜਦੋਂ 200 ਰੁਪਈਆ ਲੱਗ ਲਾ ਰਿਹਾ ਸੀ, ਹੁਣ ਨਹੀਂ ਸੋਚ, ਤੈਨੂੰ ਸੋਚ ਆਈ, ਹੁਣ ਤੂੰ ਇੱਕਦਮ ਲਾਤਾ। ਘੱਟੋ ਘੱਟ ਜੇ ਆਪਣੀਆਂ ਨਹੀਂ ਬੰਦ ਕਰ ਸਕਦਾ ਤਾਂ ਸਾਡੇ 'ਤੇ ਕਿਉਂ ਟੈਕਸ ਥੋਪ ਰਿਹਾ, ਇਹ ਤਾਂ ਸੋਚੋ। ਸੋ ਇਹ ਦੋਗਲੀ ਨੀਤੀ ਦੇ ਤਹਿਤ ਆਪਣਾ ਕੁਛ ਨਹੀਂ ਬੰਦ ਕਰ ਰਹੇ, ਸਾਡੇ ਉੱਤੇ ਜਿਹੜੀ ਆ ਵਾ ਜਿਹੜੇ ਜ਼ੁਲਮ ਢਾ ਰਹੇ ਨੇ। ਇਹਦੇ ਨਾਲ ਨਾਲ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨਾ, ਅਤੇ ਜਿਹੜੇ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਪੂਰਾ ਕਰਨਾ, ਇਹ ਸਾਡੀ ਆ। ਪ੍ਰਵੇਸ਼ਨ ਪੀਰੀਅਡ ਘੱਟ ਕਰਨਾ ਵਾ, ਪੁਰਾਣਾ ਜਿਹੜਾ ਵਾ ਉਹ ਕਰਨਾ। ਪੁਰਾਣੀ ਪੈਨਸ਼ਨ ਮੈਂ ਕਹਿ ਹੀ ਦਿੱਤੀ ਹੈ, ਸਾਥੀਆਂ ਨੂੰ ਜਿਹੜੀ ਉਹ ਮਿਲਣੀ ਚਾਹੀਦੀ ਹੈ। ਸੋ ਇਹ ਸਾਰੀਆਂ ਮੰਗਾਂ ਸਾਡੀਆਂ ਮੁੱਖ ਮੰਗਾਂ ਹੈਗੀਆਂ ਨੇ। ਮੈਮ, ਕੈਪਟਨ ਸਾਹਿਬ ਕਹਿੰਦੇ ਸੀ ਮੇਰਾ ਇਹ ਆਖਰੀ ਟੈਨਿਊਰ ਹੋਵੇਗਾ, ਤਾਂ ਇਹ ਕਹਿ ਕੇ ਚੋਣਾਂ ਲੜੀਆਂ ਗਈਆਂ, ਪਰ ਹੁਣ ਕਹਿੰਦੇ ਨੇ ਜੇ ਲੋਕ ਚਾਹਣ ਕਿ ਮੈਂ ਦੁਬਾਰਾ ਲੜਾਂਗਾ। ਤੁਹਾਨੂੰ ਲੱਗਦਾ ਹੈ ਕਿ ਜੋ ਕੰਮ ਕੀਤੇ ਗਏ ਨੇ ਜਾਂ ਕੀਤੇ ਜਾ ਰਹੇ ਨੇ ਜਾਂ ਨਹੀਂ ਕੀਤੇ ਜਾ ਰਹੇ, ਕੈਪਟਨ ਸਾਹਿਬ ਦਾ ਜੋ ਬਿਆਨ ਸੀ ਉਸ ਤੋਂ ਉਲਟ ਹੈ? ਇਸ ਤਰ੍ਹਾਂ ਹੈ ਕਿ ਕੈਪਟਨ ਸਾਹਿਬ ਤੋਂ ਸਾਨੂੰ ਵੀ, ਆਮ ਲੋਕਾਂ ਨੂੰ ਤਾਂ ਛੱਡੋ, ਸਾਨੂੰ ਮੁਲਾਜ਼ਮਾਂ ਨੂੰ ਵੀ ਕੈਪਟਨ ਸਾਹਿਬ ਤੋਂ ਬਹੁਤ ਉਮੀਦਾਂ ਸੀ ਕਿ ਕੈਪਟਨ ਸਾਹਿਬ ਖੁਦ ਵੀ ਫੌਜ ਵਿੱਚ ਕੈਪਟਨ ਰਹੇ ਨੇ ਅਤੇ ਉਹ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਸਮਝਣਗੇ। ਲੇਕਿਨ ਕੈਪਟਨ ਸਾਹਿਬ ਨੇ ਆਉਂਦੇ ਸਾਰ ਹੀ, ਮਤਲਬ ਜੋ ਸਾਡੀਆਂ ਉਮੀਦਾਂ ਸੀ ਉਹਦੇ 'ਤੇ ਅੱਜ ਤੱਕ ਪਾਣੀ ਫੇਰਿਆ। ਕੋਈ ਵੀ ਇੱਕ ਵੀ ਸਾਡੀ ਐਸੀ ਡਿਮਾਂਡ ਨਹੀਂ ਕਿ ਸਾਨੂੰ ਉੱਥੋਂ ਮਤਲਬ ਅਚਾਨਕ ਅਨਾਊਂਸਮੈਂਟ ਹੋ ਜਾਵੇ ਕਿ ਮੁਲਾਜ਼ਮ ਵਰਗ ਨੂੰ ਅਸੀਂ ਆਹ ਇੱਕ ਪਰਸੈਂਟ ਆਪਣੇ ਵੱਲੋਂ ਕੁਛ ਦੇ ਰਹੇ ਹਾਂ, ਐਸਾ ਕੁਛ ਵੀ ਨਹੀਂ ਹੋਇਆ। ਇਸ ਕਰਕੇ ਮੈਂ ਨਹੀਂ ਸਮਝਦੀ ਕਿ ਉਹ ਸਾਡੀਆਂ ਉਮੀਦਾਂ 'ਤੇ ਕਦੀ ਖਰੇ, ਅੱਜ ਤੱਕ ਖਰੇ ਨਹੀਂ ਉਤਰੇ। ਮੇ ਬੀ ਅੱਜ ਉਤਰ ਜਾਣ, ਸ਼ਾਮ ਨੂੰ ਉਤਰ ਜਾਣ, ਸਾਨੂੰ ਕੋਈ ਮਤਲਬ ਸਾਨੂੰ ਉਮੀਦ ਹੈ, ਕਿਉਂਕਿ ਉਮੀਦ 'ਤੇ ਦੁਨੀਆ ਕਾਇਮ ਹੈ। ਅਸੀਂ ਇਹ ਇੱਕ ਪਲ ਉਹਨਾਂ ਦੇ ਅਨਾਊਂਸਮੈਂਟ ਦੀ ਇੰਤਜ਼ਾਰ ਕਰ ਰਹੇ ਹਾਂ, ਸਾਨੂੰ ਕੋਈ ਸ਼ੌਂਕ ਨਹੀਂ ਹੈ। ਤੁਸੀਂ ਖੁਦ ਸਿਆਣੇ ਹੋ, ਸਾਰੀ ਦੁਨੀਆ ਜਾਣਦੀ ਹੈ ਕਿ ਜਿਹੜੀ ਮੁਲਾਜ਼ਮ ਹੈ ਉਹਨੂੰ ਸਰਕਾਰ ਦੀ ਰੀੜ ਦੀ ਹੱਡੀ ਕਿਹਾ ਜਾਂਦਾ, ਅਤੇ ਕਿਸੇ ਵੀ ਬੰਦੇ ਦੀ ਰੀੜ ਦੀ ਹੱਡੀ ਦਾ ਇੱਕ ਮਣਕਾ ਵੀ ਇੱਧਰ ਤੋਂ ਉੱਧਰ ਹੋ ਜਾਵੇ ਤਾਂ ਮੰਜਾ ਬੰਦਾ ਬੈੱਡ 'ਤੇ ਆ ਜਾਂਦਾ। ਇਸ ਕਰਕੇ ਸਰਕਾਰ ਨੂੰ, ਖੁਦ ਕੈਪਟਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਵਾਕਈ ਮੇਰੀ ਰੀੜ ਦੀ ਹੱਡੀ ਨੇ, ਅਤੇ ਜੇ ਕੈਪਟਨ ਸਾਹਿਬ ਜੇ ਸਾਡੀਆਂ ਮੰਗਾਂ ਮੰਨਦੇ ਨੇ ਤਾਂ ਕੈਪਟਨ ਸਾਹਿਬ ਵਾਰ ਵਾਰ ਆਉਣ, ਪੰਜਾਬ ਸਾਡਾ ਸਾਰਿਆਂ ਦਾ ਸਾਂਝਾ ਹੈ। ਕੈਪਟਨ ਸਾਹਿਬ ਦਾ ਵੀ ਪੰਜਾਬ ਹੈ ਜਿੰਨਾ ਸਾਡਾ ਪੰਜਾਬ ਹੈ, ਕੈਪਟਨ ਸਾਹਿਬ ਦਾ ਉਸ ਤੋਂ ਜ਼ਿਆਦਾ ਉਹ ਮਹਾਰਾਜੇ ਨੇ। ਇਸ ਕਰਕੇ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਅਸੀਂ ਉਹਨਾਂ ਦੇ ਬੱਚੇ ਹਾਂ, ਜਿਹੜੇ ਮੁਲਾਜ਼ਮ ਹੈ, ਜਿਹੜਾ ਪਿਓ ਹੁੰਦਾ, ਬੱਚੇ ਹੁੰਦੇ ਨੇ, ਬਾਕੀ ਉਹਦੇ ਜਿਹੜਾ ਉਹ ਕੈਪਟਨ ਇਸ ਟਾਈਮ ਸਟੇਟ ਦੇ ਮੇਨ ਹੈਗੇ ਮੁੱਖ ਮੰਤਰੀ ਨੇ, ਅਸੀਂ ਸਾਰੇ ਉਹਨਾਂ ਦੇ ਬੱਚਿਆਂ ਦੀ ਤਰ੍ਹਾਂ ਹੀ ਹਾਂ। ਅਤੇ ਸਾਨੂੰ ਪਲੀਜ਼ ਇੰਨਾ ਨਾ ਸਤਾਓ ਕਿ ਅਸੀਂ ਵੇਖੋ ਸੜਕਾਂ 'ਤੇ ਆ ਰਹੇ ਹਾਂ, ਅਸੀਂ ਅੱਜ ਤਿਆਰ ਸ਼ਿਆਰ ਹੋ ਕੇ ਸ਼ੋਪਿੰਗ ਕਰਨੀ ਸੀ, ਅਸੀਂ ਮਿਠਾਈਆਂ ਵੰਡਣੀਆਂ ਸੀ ਇੱਕ ਦੂਜੇ ਨੂੰ, ਅਤੇ ਅੱਜ ਸਾਨੂੰ ਇਹ ਕੰਮ ਕਰਨੇ ਪੈ ਰਹੇ ਨੇ। ਵੈਸੇ ਬੜੀ ਹੈਰਾਨੀ ਵਾਲੀ ਗੱਲ ਹੈ, ਜੋ ਵਿਰੋਧੀ ਨੇ ਉਹ ਕਹਿੰਦੇ ਨੇ ਪਹਾੜਾਂ 'ਚ ਉਤਰੋ, ਅਤੇ ਜੋ ਮੁਲਾਜ਼ਮ ਨੇ ਉਹ ਕਹਿੰਦੇ ਨੇ ਸਾਡੀਆਂ ਉਮੀਦਾਂ 'ਤੇ ਖਰਾ ਉਤਰੋ, ਉਤਰਦੇ ਨਹੀਂ, ਪਤਾ ਨਹੀਂ ਕਿੱਥੇ ਨੇ। ਲੇਕਿਨ ਖੇਰਾ ਸਾਹਿਬ, ਇਹ ਦੱਸੋ ਕਿ ਕੈਪਟਨ ਸਾਹਿਬ ਨੂੰ ਜਾਂ ਕਾਂਗਰਸ ਨੂੰ ਸਿਆਸੀ ਨੁਕਸਾਨ 2022 ਦੇ ਵਿੱਚ, ਚੋਣਾਂ ਦੇ ਵਿੱਚ ਲੱਗਦਾ ਸੰਭਵ ਹੈ ਵੀ ਹੋ ਸਕਦਾ? ਇਹਦਾ ਨੁਕਸਾਨ ਤੁਸੀਂ ਜਿਹੜੇ 4-22 ਇਲੈਕਸ਼ਨ ਹੋਏ ਸੀ ਉੱਥੇ ਦੇਖ ਚੁੱਕੇ ਹੋ। ਸਾਂਝਾ ਮੁਲਾਜ਼ਮ ਮੰਚ ਇੱਕ ਜਗ੍ਹਾ 'ਤੇ ਗਿਆ ਸੀਗਾ, ਮੁੱਲਾਂਪੁਰ ਦਾਖਾ, ਅਤੇ ਤੁਸੀਂ ਤਸਵੀਰ ਦੇਖ ਚੁੱਕੇ ਹੋ ਕਿ ਮੁੱਲਾਂਪੁਰ ਦਾਖਾ ਦੇ ਵਿੱਚ ਜਿਹੜਾ ਕੀ ਹਾਲ ਹੋਇਆ ਕਾਂਗਰਸ ਦਾ। ਅਤੇ ਸੋਚ ਸਕਦੇ ਹੋ ਕਿ 2022 ਦੇ ਵਿੱਚ ਜੇ ਮੁਲਾਜ਼ਮ ਸਾਰੇ ਅਸੀਂ ਇੱਕ ਥਾਂ 'ਤੇ ਇਕੱਠੇ ਕਰ ਲਏ, ਅਤੇ ਜਿਹੜਾ ਸਾਡਾ ਵੋਟ ਬੈਂਕ ਆ 50 ਲੱਖ ਦਾ, ਅਤੇ ਪਿਛਲੀ ਵਾਰ 1 ਕਰੋੜ ਅਤੇ 57 ਲੱਖ ਪੋਲ ਹੋਈ ਸੀ, ਅਤੇ 50 ਲੱਖ ਜਿੱਧਰ ਜਾਊਗਾ, ਕੀ ਤੁਸੀਂ ਸੋਚਦੇ ਹੋ ਕਿ ਹੋਰ ਕੋਈ ਵੀ ਪਾਰਟੀ ਬਿਨਾਂ ਇਸ ਵਰਗ ਤੋਂ ਆਪਣੀ ਜਿਹੜੀ ਰਾਜ ਸੱਤਾ ਕਾਇਮ ਕਰੇਗੀ? ਸੋ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਹਿੰਦਾ ਕਿ ਜਿਹੜਾ ਜੋ ਹੱਕ ਹੈਗਾ ਮੁਲਾਜ਼ਮਾਂ ਦਾ, ਜੋ ਹੱਕ ਬਣਦਾ ਉਹਦਾ ਦੇ ਦਿਓ। ਇਹ ਸੰਗਠਿਤ ਹੋ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਣਗੇ ਰਾਜ ਸੱਤਾ ਬਦਲਣ ਜਾਂ ਬਣਾਉਣ ਦੇ ਵਿੱਚ।
ਬਿਲਕੁਲ, ਤੇ ਸਾਰੇ ਜੋ ਮੁਲਾਜ਼ਮ ਨੇ ਇਸ ਵੇਲੇ ਪਰੇਸ਼ਾਨ ਨੇ, ਨਿਰਾਸ਼ ਨੇ ਸਰਕਾਰਾਂ ਤੋਂ, ਇੱਥੋਂ ਤੱਕ ਨਿਰਾਸ਼ ਨੇ ਕਿ ਪਿੱਟ ਸਿਆਪਾ ਵੀ ਕਰਨ ਨੂੰ ਮਜਬੂਰ ਨੇ। ਤੇ ਤਸਵੀਰਾਂ ਤੁਹਾਨੂੰ ਸਾਫ ਦਿਖਾ ਰਹੇ ਹਾਂ ਤੇ ਤੁਸੀਂ ਵੇਖ ਸਕਦੇ ਹੋ, ਵੱਡੀ ਗਿਣਤੀ ਦੇ ਵਿੱਚ ਜੋ ਅੱਜ ਮੁਲਾਜ਼ਮ ਨੇ ਉਹ ਇਕੱਠੇ ਹੋਏ ਨੇ, ਵੱਖ ਵੱਖ ਜੋ ਜਥੇਬੰਦੀਆਂ ਦੇ ਮੁਲਾਜ਼ਮ ਸਾਂਝਾ ਮੁਲਾਜ਼ਮ ਮੰਚ ਦੇ ਹੇਠ ਇਕੱਠੇ ਹੋਏ ਨੇ, ਢੋਲ ਦੀ ਥਾਪ ਤੇ ਕਾਲੀ ਝੰਡੀ ਲੈ ਕੇ ਜੋ ਮੁਲਾਜ਼ਮ ਨੇ ਅੱਜ ਪਹੁੰਚੇ ਨੇ। ਤੇ ਹੁਣ ਪਿੱਟ ਸਿਆਪਾ ਸਰਕਾਰ ਦਾ ਤੁਸੀਂ ਵੇਖ ਸਕਦੇ ਹੋ ਦੀਵਾ ਬਾਲ ਕੇ। ਕਹਿੰਦੇ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਦੀਵਾ ਉਸ ਘਰ ਦੇ ਖਾਸ ਕਰਕੇ ਉਹ ਜੋ ਸ਼ਾਹੂਕਾਰ ਜੋ ਪੈਸੇ ਉਹ ਪੱਖੀ ਖਾਲੀ ਹੋ ਜਾਂਦਾ ਸੀ ਉਸਦੇ ਘਰ ਦੇ ਬਾਹਰ ਦੀਵਾ ਬਾਲਿਆ ਜਾਂਦਾ ਸੀ। ਤਾਂ ਅੱਜ ਲਗਾਤਾਰ ਦੂਜਾ ਸਾਲ ਹੈ ਜਦੋਂ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਅਜਿਹਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਦੀਵਾ ਬਾਲਿਆ ਜਾ ਰਿਹਾ ਹੈ, ਕਿਉਂਕਿ ਖਜ਼ਾਨਾ ਖਾਲੀ ਬਲਦਾ ਹੋਇਆ ਦੀਵਾ ਉਸ ਗੱਲ ਦੀ ਨਿਸ਼ਾਨੀ। ਜਿਵੇਂ ਪਿੱਟਦੇ ਹੋਏ ਮੁਲਾਜ਼ਮਾਂ ਦੀਆਂ ਇਹ ਤਰਾਸਦੀ ਹੈ ਸਾਡੇ ਦੇਸ਼ ਦੀ, ਸਾਡੇ ਖਾਸ ਕਰ ਸੂਬੇ ਦੀ, ਕਿ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਦੇ ਲਈ, ਆਪਣੇ ਹੱਕਾਂ ਦੇ ਲਈ ਇੰਝ ਪਿੱਟ ਸਿਆਪਾ ਕਰਨਾ ਪੈਂਦਾ ਹੈ। ਲਗਾਤਾਰ ਦੂਜਾ ਸਾਲ ਹੈ ਜਦੋਂ ਕਾਂਗਰਸ ਸਰਕਾਰ ਦੇ ਖਿਲਾਫ ਮੁਲਾਜ਼ਮ ਕਾਲੀ ਦੀਵਾਲੀ ਮਨਾ ਰਹੇ ਨੇ। ਦੀਵਾਲੀਆ ਐਲਾਨਿਆ ਗਿਆ ਹੈ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ, ਉਹ ਸਰਕਾਰ ਜੋ ਦੋਗਲੀ ਨੀਤੀ ਅਪਣਾਉਂਦੀ ਹੈ। ਜਦੋਂ ਗੱਲ ਮੰਤਰੀਆਂ ਦੀ, ਵਜ਼ੀਰਾਂ ਦੀ ਆਉਂਦੀ ਹੈ ਤਾਂ ਖਜ਼ਾਨੇ ਭਰੇ ਹੁੰਦੇ ਨੇ, ਪਰ ਜਦ ਗੱਲ ਮੁਲਾਜ਼ਮਾਂ ਦੀ ਆਉਂਦੀ ਹੈ, ਕਿਸਾਨਾਂ ਦੀ ਆਉਂਦੀ ਹੈ, ਨੌਜਵਾਨਾਂ ਦੀ ਆਉਂਦੀ ਹੈ, ਤਾਂ ਸਰਕਾਰੀ ਖਜ਼ਾਨਾ ਖਾਲੀ ਹੋ ਜਾਂਦਾ ਹੈ। ਬਹੁਤ ਵੱਡਾ ਸਵਾਲ ਹੈ ਕਿ ਆਖਰ ਕਦੋਂ ਤੱਕ ਇਹ ਕੰਮ ਚੱਲਦਾ ਰਹੇਗਾ, ਜਾਂ ਫਿਰ ਸਰਕਾਰ ਥੋੜ੍ਹੀ ਇਹਨਾਂ ਬਾਰੇ ਵੀ ਸੋਚੇਗੀ ਤਾਂ ਜੋ ਇਹ ਮੁਲਾਜ਼ਮ ਸੜਕਾਂ 'ਤੇ ਉਤਰਨ ਨੂੰ ਮਜਬੂਰ ਨਾ ਹੋਣ। ਕੈਮਰਾ ਪਰਸਨ ਕਮਲ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।